ਅੰਦਰੋਂ ਸਤੋਂ ਹੁੰਦੇ ਹਵਾਏ ਵੀ ਮੰਗ ਕੇ ਖਾਣ ਵਾਲਿਆਂ ਤੋਂ ਕਿਤੇ ਚੰਗਾ ਏ ਇਹ ਡਿਲੀਵਰੀ ਬாய் ਦੱਸਦੀ ਕਿ ਜਮੈਟੋ ਦੇ ਵਿੱਚ 휠 ਚੇਅਰ ਤੇ ਕਾਰਤਾ ਏ ਲੋਕਾਂ ਦੇ ਘਰਾਂ ਦੇ ਵਿੱਚ ਖਾਣੇ ਦੀ ਡਿਲੀਵਰੀ ਸਸ਼ਕਾਲ ਐਕਸ਼ਨ ਪੰਜਾਬ న్యూਸ ਦੇ ਨਾਲ ਜੁੜਿਓ ਤੁਸੀਂ ਤੇ ਮਹਾਵੀਰਪਾਲ ਸ਼ੇਰਕਿੱਲ ਇਸ ਨੌਜਵਾਨ ਦੀ ਬਹਾਦਰੀ ਨੂੰ ਤੁਸੀਂ ਵੀ ਸਲਾਮ ਕਰੋਗੇ ਤੇ ਇਸ ਵੀਰ ਦੀ ਹੌਸਲਾ ਅਫਜ਼ਾਈ ਦੇ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਹਰ ਇੱਕ ਤੱਕ ਇਹ ਵੀਡੀਓ ਹੈ ਜਿਹੜੀ ਉਹ ਪਹੁੰਚਣੀ ਬੇਹੱਦ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਜੇ ਆਪਾਂ ਗੱਲ ਕਰ ਲਈਏ ਤਾਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਲੋਕਾਂ ਨੇ ਇੱਕ ਮੰਗਣ ਦਾ ਜਿਹੜਾ ਸਿਲਸਲਾ ਉਹ ਬੇਹੱਦ ਚਲਾ ਦਿੱਤਾ ਲੋਕਾ ਹੱਥੀ ਕਿਰਤ ਕਰਕੇ ਰਾਜ਼ੀ ਨਹੀਂ ਹੈਗੇ ਜੇਕਰ ਕਿਸੇ ਦੇ ਘਰ ਕਮਾਈ ਦਾ ਕੋਈ ਸਾਧਨ ਨਹੀਂ ਤਾਂ ਉਹਨਾਂ ਦੇ ਵੱਲੋਂ ਹਿੰਮਤ ਹਾਰ ਕੇ ਇੱਕ ਰਸਤਾ ਅਪਣਾਇਆ ਜਾਂਦਾ ਹੈ ਭੀਖ ਮੰਗਣ ਦਾ ਭੀਖ ਮੰਗਣ ਦਾ ਜਿਹੜਾ ਸਿਲਸਿਲਾ ਭਾਰਤ ਦੇ ਵਿੱਚ ਬੇहद ਜ਼ਿਆਦਾ ਪ੍ਰਚਲਿਤ ਹੋ ਰਿਹਾ ਹੈ ਲਗਾਤਾਰ ਇਹ ਸਿਲਸਿਲਾ ਵਧਦਾ ਹੀ ਜਾ ਰਿਹਾ ਹੈ ਅਤੇ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਡਿਲੀਵਰੀ ਬாய் ਦੀ ਜਿਮੈਟੋ ਦੇ ਡਿਲੀਵਰੀ ਬாய் ਦੀ ਇਹ ਵੀਡੀਓ ਹੈ ਜਿਸ ਨੂੰ ਵੇਖ ਕੇ ਤੁਸੀਂ ਮੰਗਣ ਵਾਲੇ ਲੋਕਾਂ ਤੇ ਤੰਦਰੁਸਤ ਹੁੰਦੇ ਹੋਏ ਹਵਾਏ ਵੀ ਮੰਗਣ ਵਾਲੇ ਲੋਕਾਂ ਨੂੰ ਲੱਖ ਦੀਆਂ ਲਾਂਤਾਂ ਪਾਉਂਗੇ ਦੱਸਦੀ ਕਿ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਆ ਤੇ ਇਸ ਵੀਰ ਦੀ ਹੌਸਲਾ ਅਫਜ਼ਾਈ ਦੇ ਲਈ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਹਰ ਇੱਕ ਤੱਕ ਇਹ ਵੀਡੀਓ ਪਹੁੰਚਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਵੀਰ ਦੀ ਹੌਸਲਾ ਅਫਜ਼ਾਈ ਹੋ ਸਕੇ ਦੱਸਦੀ ਕਿ ਜ਼ਮੈਟੋ ਦੇ ਵਿੱਚ ਕੰਮ ਕਰਨ ਵਾਲਾ ਇਹ ਡਿਲੀਵਰੀ ਬாய் ਜਿਹੜਾ ਸਹੀ ਸਲਾਮਤ ਨਹੀਂ ਹੈ ਇਸ ਦੇ ਪੈਰਾਂ ਦੇ ਵਿੱਚ ਕੋਈ ਦਿੱਕਤ ਹੈ ਕਿ ਇਹ ਆਪਣੇ ਪੈਰਾਂ ਤੇ ਨਹੀਂ ਚੱਲ ਸਕਦਾ ਅਤੇ ਇਹ ਆਪਣੀ 휠 ਚੇਅਰ ਤੇ ਜਾ ਕੇ ਸਰਕਾਰ ਜਾ ਕੇ ਜਿਹੜੀ ਫੂਡ ਦੀ ਡਿਲੀਵਰੀ ਕਰਦਾ ਹੈ ਦੱਸਦੀ ਹੈ ਕਿ ਇਸ ਵਿਅਕਤੀ ਨੇ ਦੱਸਿਆ ਕਿ ਇਸ ਦੇ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਸੀਗਾ ਜਿਸਤੇ ਚੱਲਦਿਆ ਇਸ ਨੂੰ ਕੰਮ ਕਰਨਾ ਪੈ ਰਿਹਾ ਦੱਸਦੀ ਹੈ ਕਿ ਉਸਨੇ ਕਿਹਾ ਕਿ ਮੈਨੂੰ ਮੰਗਣ ਦੇ ਨਾਲੋਂ ਖੁਦ ਕੰਮ ਕਰਕੇ ਪੈਸੇ ਕਮਾਉਣ ਦੇ ਵਿੱਚ ਜ਼ਿਆਦਾ ਦਿਲਚਸਪੀ ਹੈ ਜੇਕਰ ਮੈਂ ਅੱਜ ਕਿਸੇ ਤੋਂ ਮੰਗਾਂਗਾ ਕਿ ਕਿੰਨਾ ਕੁ ਚਿਰ ਮੈਂ ਕਿਸੇ ਤੋਂ ਮੰਗਦਾ ਰਹਾਂਗਾ ਜਾਂ ਫਿਰ ਕੋਈ ਮੈਨੂੰ ਕਿੰਨਾ ਕੁ ਚਿਰ ਦਿੰਦਾ ਰਹੇਗਾ ਜੋ ਮੈਂ ਕਮਾਉਣਾ ਮੈਂ ਉਸ ਦੇ ਵਿੱਚ ਸੰਤੁਸ਼ਟਾਂ ਚ ਨਿਕ ਮੇਰੀ ਕਮਾਈ ਹੁੰਦੀ ਹੈ ਉਸ ਦੇ ਨਾਲ ਮੈਂ ਆਪਣੇ ਪਰਿਵਾਰ ਦਾ ਜਿਹੜਾ ਢਿੱਡ ਹੈ ਉਹ ਪਰਦਨ ਹੈ ਦੱਸਦੀ ਹੈ ਕਿ ਹੁਣ ਸੋਸ਼ਲ ਮੀਡੀਆ ਤੇ ਇਸ ਵੀਰ ਦੀ ਜਿਹੜੀ ਵੀਡੀਓ ਉਹ ਲਗਾਤਾਰ ਵਾਇਰਲ ਹੋ ਰਹੀ ਆ ਤੇ ਇਸ ਵੀਡੀਓ ਨੂੰ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਹਰ ਇੱਕ ਤੱਕ ਇਹ ਵੀਰ ਦੀ ਵੀਡੀਓ ਪਹੁੰਚਾਓ ਤਾਂ ਜੋ ਇਸ ਵੀਰ ਨੂੰ ਹੋਰ ਹੌਂਸਲਾ ਅਫਜ਼ਾਈ ਮਿਲੇ ਅਤੇ ਇਹ ਆਪਣਾ ਕੰਮ ਹੈ ਜਿਹੜਾ ਉਹ ਇਸੇ ਤਰ੍ਹਾਂ ਕਰਦਾ ਰਹੇ ਅਤੇ ਪਰਮਾਤਮਾ ਇਸ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਇਸ ਦਾ ਹੌਂਸਲਾ ਇੰਨਾ ਜ਼ਿਆਦਾ ਬੁਲੰਦ ਹੋਵੇ ਕਿ ਇਹ ਬਿਲਕੁਲ ਤੰਦਰੁਸਤ ਵੀ ਹੋ ਜਾਵੇ ਅਤੇ ਲਗਾਤਾਰ ਆਪਣੀ ਮਿਹਨਤ ਇਸੇ ਤਰ੍ਹਾਂ ਬਰਕਰਾਰ ਰੱਖੇ ਇਸ ਵੀਰ ਦੇ ਹੌਂਸਲੇ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋ ਕਿ ਉਹ ਵੀ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ ਇਸ ਵੀਰ ਦੇ ਲਈ ਪਰਮਾਤਮਾ ਅੱਗੇ ਅਰਦਾਸ ਵੀ ਤੁਸੀਂ ਜ਼ਰੂਰ ਕਰਿਓ ਅਤੇ ਇੱਕ ਕਮੈਂਟ ਹੈ ਜਿਹੜਾ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ